ਘਰੇ ਬੈਠੇ ਸੀ ਰੋਟੀ ਖਾਈ ਜਾਂਦੇ ਸੀ ਜੀ ਮੇਰਾ ਡੈਡੀ ਕੰਮ ਤੋਂ ਆਇਆ ਸੀ ਤੇ ਰੋਟੀ ਕਾ ਜਦ ਬਾਹਰ ਆਏ ਸੀ ਆਏ ਤਾਂ ਵੇਖਿਆ ਪੂਰਾ ਅੱਗ ਲੱਗੀ ਪਈ ਸੀ ਠੀਕ ਹੈ ਜੀ ਤੇ ਜਵਾਕਾਂ ਬੈਠੇ ਸੀ ਉਹਨਾਂ ਦੇ ਤਿੰਨ ਜਵਾਕ ਸੀ ਇੱਦਾਂ ਤੋਂ ਖੇਲੀ ਜਾਂਦੇ ਸੀ ਅਸੀਂ ਜਵਾਕ ਨੂੰ ਫੜ ਕੇ ਇੱਧਰ ਲਾਇਆ ਫਿਰ ਫਾਇਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜੀ ਉਹਦੇ ਫਾਇਰ ਬ੍ਰਿਗੇਡ ਦਾ ਫੋਨ ਆਇਆ ਜੀ ਜਲਦੀ ਜਲਦੀ ਸਾਰੇ ਪਹੁੰਚ ਗਏ ਬੰਦੇ ਇਕੱਠੇ ਹੋਏ ਸਾਰੇ ਜੀ ਜਿਹੜੇ ਇੱਥੇ ਸਿਆਣੇ ਸਿਆਣੇ ਬੰਦੇ ਸੀ ਜਿੰਨੇ ਸਾਰੇ ਇਕੱਠੇ ਹੋ ਜਿਹੜਾ ਰਵੀ ਜਿਹੜਾ ਰਵੀ ਪ੍ਰਧਾਨ ਦੇ ਪਰਾਇਆ ਜੀ ਉਹਨੇ ਸਿਲੰਡਰ ਕੱਢਿਆ ਜਾ ਕੇ ਜੀ ਉਹਨੇ ਉੱਕਾ ਬਣ ਕੇ ਅੰਦਰ ਜਾ ਕੇ ਜਿਹੜੇ ਪੜੋਸੀ ਦੇ ਜਿਹੜੇ ਸਾਰੇ ਸੀ ਜਿੰਨੇ ਬੰਦੇ ਸਾਰੇ ਮੋਟਰ ਚਾਲੂ ਕਰਕੇ ਤੇ ਨਲਕੇ ਲੈ ਕੇ ਪਾਣੀ ਪੂਣੀ ਛਿੱਟੇ ਲਾਏ ਸੀ ਜੀ ਇਹਦਾ ਕਰਵਾਲੇ ਦਾ ਨਾਂ ਰਜਿੰਦਰ ਮੰਡਲ ਹੈ ਜੀ ਉਹ ਕੰਮ ਤੇ ਗਿਆ ਜੀ ਦਿਹਾੜੀ ਕਰਦਾ ਹੈ ਕੰਮ ਤੇ ਗਿਆ ਉਹਦਾ ਕਰਵਾਲੀ ਸੀ ਤਾਂ ਉਹ ਜਵਾਕ ਸੀ ਤੈਨੂੰ ਇੰਨਾ ਕਰਦੇ ਅੰਦਰ ਵੜ ਕੇ ਅਸੀਂ ਵੇਖੇ ਨੀ ਜਿਹੜੇ ਸਮਾਨ ਸੀ ਬੈੱਡ ਬੁਸ਼ ਤੇ ਸਾਰੇ ਚੱਲ ਗਿਆ ਜਿਹੜੇ ਵੀ ਸਮਾਨ ਸੁਮਾਨ ਦਾ ਕੋਈ ਬਚਿਆ ਨੀ ਲੜਿਆ ਲੁੜਿਆ ਟਿੱਬੀ ਵਗੈਰਾ ਜਿਹਨੇ ਕੁਝ ਵੀ ਰੱਖਿਆ ਉਹਨਾਂ ਸਾਰੇ ਜਲ ਗਏ ਖਣਾ ਖੁਣੇ ਸਾਰੇ ਕੁਝ ਵੀ ਨਹੀਂ ਰਹੇ ਉਹਨੇ ਦੇ ਪੱਲੇ ਹੁਣ ਤੋਂ ਮੈਂ ਮੱਖਣਾਮ ਸਾਹਿਬ ਫਾਇਰ ਅਫਸਰ ਹਰਪ੍ਰੀਤ ਸਿੰਘ ਕੋਈ ਤੁਹਾਨੂੰ ਪੁਲਿਸ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ 25 ਗੱਜ ਆਪਣੇ ਬੇਅੰਤ ਸਿੰਘ ਨਗਰ ਚੱਕ ਲੱਗੀ ਹੈ ਅਸੀਂ ਜਦੋਂ ਅਸੀਂ ਇੱਥੇ ਆਏ ਗੈਸ ਸਿਲੰਡਰ ਨੂੰ ਅੱਗ ਸੀਗੀ ਅਤੇ ਸਿਲੰਡਰ ਤਾਂ ਬਾਹਰ ਕੱਢ ਲਿਆ ਪਰ ਇਹਨੂੰ ਜਿਹੜੇ ਮਕਾਨ ਨੂੰ ਅੱਗ ਪੈ ਚੁੱਕੀ ਹੈ ਮਕਾਨ ਦਾ ਅੱਗ ਨਾਲ ਪੂਰੀ ਤਰ੍ਹਾਂ ਨੁਕਸਾਨ ਹੋਇਆ ਜੀ ਨਹੀਂ ਆਂਢ ਗੁਆਂਢ ਤੋਂ ਸੇਫ ਹੈ ਸਾਰਾ ਜੀ ਪਰ ਇਸ ਜਿਹੜੇ ਜਿਹੜੇ ਘਰ ਨੂੰ ਅੱਗ ਲੱਗੀ ਹੈ ਇਹਦਾ ਨੁਕਸਾਨ ਹੋਇਆ ਜੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜੀ।